गुरु की नगरी से हुई एक लड़की की कुटमार सिविल हस्पताल विखे पहुँच के लाए सहुरे परिवार से कुटमार के दोष। बठिंडा की गुरु की नगरी की रहने वाली एक विहत औरत ने सिविल हस्पताल विखे पहुँच के अपने सहुरे परिवार से कुटमार के दोष लाए हैं। लड़की ने दसाया कि मैनू मेरा माँ बाप मेरे सहुरे घर छड़न लई आया सी ते जदों असीं घर पहुँचे तो मेरी जेठ जठाणी सस अते मेरी ननान ने मेरी कुटमार की। मेरे घर वाला पुलिस मुलाजम है इसलिए पुलिस भी उन्हां दी ही हमायत कर रही है। ਕੀ ਨਾਮ ਹੈ? ਸਿਮਲਜੀਤ ਕੌਰ ਜੀ। ਮੈਂ ਕਿੱਥੋਂ ਦੇ ਰਹਿਣ ਵਾਲੇ? ਮਾਨਸਾ ਤੋਂ। ਕੀ ਕਹਿਣਾ, ਕੀ ਗੱਲ ਹੋਈ ਹੈ ਅੱਜ? ਮੈਂ ਆਪਣੇ ਪੇਕੇ ਪਰਿਵਾਰ ਗਈ ਵੀ ਸੀ, ਮੇਰੇ ਤੋਂ ਦਾਜ ਮੰਗਦੀ ਹੈ ਮੇਰੀ ਸੱਸ ਅਤੇ ਜਠਾਣੀ ਜੀ। ਜਦੋਂ ਅੱਜ ਮੇਰੇ ਮੰਮੀ ਡੈਡੀ ਅਤੇ ਮੇਰੇ ਚਾਚਾ ਚਾਚੀ ਮੈਨੂੰ ਛੱਡਣ ਆਏ ਜੀ ਤਾਂ ਮੇਰੀ ਜਠਾਣੀ ਨੇ ਪਹਿਲਾਂ ਮੈਨੂੰ ਕੁੱਟਿਆ ਜੀ। ਜੋ ਮੈਨੂੰ ਕੁੱਟਿਆ ਜਦੋਂ ਅਸੀਂ ਆਉਣ ਲੱਗੇ ਗੇਟ ਅੰਦਰੋਂ ਬੰਦ ਕਰਕੇ, ਨਾਲੇ ਮੇਰੇ ਮੰਮੀ ਡੈਡੀ ਨੂੰ ਕੁੱਟਿਆ, ਜੇਠ ਨੇ ਜਠਾਣੀ ਨੇ, ਜਠਾਣੀ ਦੀ ਤਾਏ ਦੀ ਕੁੜੀ ਅਤੇ ਤਾਏ ਦੀ ਜਮਾਈ ਨੇ ਜੀ, ਨਾਲੇ ਮੈਨੂੰ ਕੁੱਟਿਆ। ਜਠਾਣੀ ਦਾ ਨਾਮ ਹੈ ਜਸਵਿੰਦਰ ਕੌਰ, ਜੇਠ ਦਾ ਹੈਗਾ ਜੀ ਹਰਵਿੰਦਰ ਦਾਸ, ਔਰ ਜਠਾਣੀ ਗੁਰੂ ਕੀ ਨਗਰੀ ਬਠਿੰਡਾ। ਕੀ ਨਾਮ ਹੈ? ਸਰ ਮੇਰਾ ਨਾਮ ਬਲਵਿੰਦਰ ਆ ਜੀ, ਮੈਂ ਗੁਰੂ ਕੀ ਨਗਰੀ ਦਾ ਰਹਿਣ ਵਾਲਾ ਜੀ। ਸਰ ਇਹ ਮੇਰਾ ਸਹੁਰਾ ਪਰਿਵਾਰ ਸੀਗਾ ਜਿਹਨਾਂ ਨਾਲ ਮੇਰੇ ਸਾਡੇ ਆਪਸ ਵਿੱਚ ਅਣਬਣ ਹੋਈ ਹੋਈ ਸੀ। ਮੈਂ ਇਸਨੂੰ ਚੰਗੀ ਤਰ੍ਹਾਂ ਵਧੀਆ ਹੱਸਦੇ ਖੇਡਦੇ ਨੂੰ ਪੇਕੇ ਛੱਡ ਕੇ ਆਇਆ, ਪਰ ਉੱਥੋਂ ਮੈਨੂੰ ਫਿਰ ਜਾ ਕੇ ਆਪਦੇ ਪੇਕੇ ਮੈਨੂੰ ਧਮਕੀਆਂ ਦੇਣ ਲੱਗ ਗਈ, ਕਦੇ ਮਹਿਲਾ ਮੰਡਲ ਦੀਆਂ ਕਦੇ ਕੁਛ ਦੀਆਂ। ਅਤੇ ਉਸ ਤੋਂ ਬਾਅਦ ਇਹਦੇ ਫਾਦਰ ਸਾਹਿਬ ਦਾ ਕੱਲ੍ਹ ਮੇਰੇ ਕੋਲ ਫੋਨ ਆਇਆ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਪੰਚਾਇਤ ਲੈ ਕੇ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਜਦੋਂ ਮਰਜ਼ੀ ਆ ਜਾਇਓ, ਕੱਲ੍ਹ ਨਾ ਆਇਓ ਵੀ ਅਸੀਂ ਭੋਗ ਕੇ ਜਾਣਾ, ਸਾਡੇ ਤਾਇਆ ਜੀ ਦੀ ਡੈਥ ਹੋ ਗਈ ਸੀਗੀ ਪਿੰਡ, ਅੱਜ ਉੱਥੇ ਜਾਣਾ ਸੀ। ਇਹਨਾਂ ਨੇ ਉਸ ਚੀਜ਼ ਦਾ ਨਜਾਇਜ਼ ਫਾਇਦਾ ਚੱਕਦੇ ਹੋਏ ਵੀ ਉਹ ਸਾਰੇ ਪਰਿਵਾਰ ਉੱਥੇ ਹੋਊਗਾ, ਮੁੰਡਾ ਇਕੱਲਾ ਹੋਊਗਾ, ਮੇਰੇ ਸੁੱਤੇ ਪੈਦੇ ਆ ਕੇ ਮੇਰੀ ਕੁੱਟ ਮਾਰ ਕੇ ਗਿਆ। ਮੇਰੇ ਸਿਰ 'ਚ ਸੱਟ ਮਾਰੀ ਜੀ, ਇੱਧਰਲਾ ਮੇਰਾ ਜਵਾੜਾ ਹਿੱਲ ਰਿਹਾ ਜੀ, ਮੇਰੇ ਜਵਾੜੇ 'ਤੇ ਸੱਟ ਮਾਰੀ ਜੀ। ਇਹ ਤਿੰਨ ਚਾਰ ਬੰਦੇ ਸੀਗੇ, ਕਹਿੰਦੇ ਸਾਡੇ ਰਿਸ਼ਤੇਦਾਰ ਆ, ਉਹ ਇਹਨਾਂ ਦਾ ਕੋਈ ਰਿਸ਼ਤੇਦਾਰ ਨਹੀਂ ਨਾ ਕੋਈ, ਉਹ ਕਹਿੰਦੇ ਕਦੇ ਮੈਂ ਮਾਸੀ ਹਾਂ ਕਦੇ ਚਾਚੀ ਹਾਂ। ਇਹਨਾਂ ਨੇ ਮੇਰੇ ਅੱਗੇ ਘਰੇ ਤੋੜ ਭੰਨ ਕੀਤੀ, ਪਰ ਮੇਰੇ ਘਰ ਦੇ ਜਦੋਂ ਮੇਰਾ ਬ੍ਰਦਰ ਨਹਾ ਰਿਹਾ ਸੀ ਉਹ ਜਦੋਂ ਬਾਹਰ ਰੌਲਾ ਸੁਣਿਆ ਉਹ ਬਾਹਰ ਆਇਆ ਤਾਂ ਇਹਨਾਂ ਨੇ ਆ ਕੇ ਰੌਲਾ ਪਾ ਕੇ, ਅਤੇ ਕਦੇ ਮੈਨੂੰ SSP ਸਾਹਿਬ ਦੀਆਂ ਧਮਕੀਆਂ ਦੇ ਰਹੇ ਨੇ ਵੀ SSP ਸਾਹਿਬ ਕੋਲ ਜਾਵਾਂਗੇ, ਹਰ ਟਾਈਮ 'ਤੇ ਮੈਨੂੰ ਹਰਾਸ਼ਮੈਂਟ ਕਰ ਰਹੇ ਹੈਗੇ, ਕਹਿੰਦੇ ਤੇਰੇ ਤੂੰ ਪੁਲਿਸ ਮੁਲਾਜ਼ਮ ਆ ਸੀ ਤੇਰੇ 'ਤੇ ਦਾਜ ਦੇਹੀ ਦਾ ਪਰਚਾ ਪਾਵਾਂਗੇ, ਤੈਨੂੰ ਅਸੀਂ ਚੁਕਾ ਦਾਂਗੇ, ਮੈਨੂੰ ਮਾਰਨ ਗਿਆ, ਧਮਕੀਆਂ ਦੇ ਰਹੇ ਨੇ ਜਿੰਦਾ। ਕਿੰਨੇ ਬੰਦੇ ਸੀ? ਇਹ ਬੰਦੇ 5 ਜਾਣੇ ਸੀਗੇ ਜੀ, ਇੱਕ ਗੁਰਮੇਲ ਸਿੰਘ ਜੀ ਅਤੇ ਦੋਵਾਂ ਦੇ ਮੈਨੂੰ ਨਾਂ ਨਹੀਂ ਪਤਾ, ਇੱਕ ਮੇਰੀ ਸੱਸ ਸੀ ਜੀ ਅਤੇ ਪਰਮਜੀਤ ਕੌਰ, ਇੱਕ ਸਿਮਰਜੀਤ ਕੌਰ। ਮੇਰਾ ਨਾਮ ਸ਼ਿੰਦਰਪਾਲ ਜੀ, ਮੈਂ ਕੁੜੀ ਦੀ ਚਾਚੀ ਲੱਗਦੀ ਹਾਂ ਜੀ। ਕੀ ਮਾਮਲਾ ਹੋਇਆ? ਤੇ ਕੋਈ ਮਾਮਲਾ ਨਹੀਂ ਸਰ, ਸਾਨੂੰ ਵੀ ਇਹਨਾਂ ਨੇ ਦੱਸਿਆ ਵੀ ਐਂ ਕਰਕੇ ਕੁੜੀ ਨੂੰ ਮਹੀਨਾ ਡੇਢ ਮਹੀਨਾ ਹੋਇਆ ਸੀ ਉੱਥੇ ਗਈ ਨੂੰ, ਪੇਕੀ ਗਈ ਨੂੰ ਚਹਿਲਾ ਵਾਲੀ, ਠੀਕ ਹੈ। ਇਹ ਸਾਨੂੰ ਲੈ ਕੇ ਆ ਗਏ, ਨਾਲ ਕਹਿੰਦੇ ਆਪਾਂ ਵੀ ਕੁੜੀ ਨੂੰ ਛੱਡ ਕੇ ਆਉਣਾ ਵੀ ਉਹਦੇ ਸਹੁਰੇ ਕਰੀ, ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਆਪਾਂ ਚੱਲਦੇ ਹਾਂ ਨਾਲ, ਵੀ ਬੈਠ ਕੇ ਮੀਆਂ ਵੀ ਚਲੋ ਮਾੜੀ ਮੋਟੀ ਗੱਲ ਹੋਊਗੀ, ਸਾਨੂੰ ਕੋਈ ਪਤਾ ਨਹੀਂ ਜੀ ਵਿੱਚੋਂ ਵੀ ਕੀ ਗੱਲ ਆ ਕੀ ਨਾ, ਅਸੀਂ ਜਾਂ ਕੁੜੀ ਨੂੰ ਸੱਦਣ ਆਏ ਹਾਂ ਇੱਥੇ ਵਧੀਆ, ਚਲੋ ਬੈਠ ਕੇ ਗੱਲਾਂ ਬਾਤਾਂ ਆਪਣੀਆਂ ਕਰੀ ਜਾਂਦੇ, ਪਹਿਲਾਂ ਸਾਨੂੰ ਗਾਲਾਂ ਦੁੱਪੜਾ ਇਹਨਾਂ ਨੇ ਦਿੱਤੀਆਂ, ਚਲੋ ਤੁਸੀਂ ਐਂ ਚਲੋ ਬਹੁਤ ਗੰਦੀਆਂ ਗਾਲਾਂ ਦਿੱਤੀਆਂ, ਤੁਸੀਂ ਜਾਓ ਇੱਥੋਂ ਨਿਕਲ ਜਾਓ, ਅਸੀਂ ਹੱਲੇ ਨਹੀਂ, ਠੀਕ ਹੈ। ਉਹ ਤੋਂ ਬਾਅਦ ਇਹਨਾਂ ਨੇ ਕੋਈ ਰਿਕਾਰਡਿੰਗ ਵਗੈਰਾ ਹੋਊਗੀ, ਕੋਈ ਇਹਨਾਂ ਦੀ ਆਪਸ ਨੇ ਗੱਲਬਾਤ, ਉਹ ਪ੍ਰਾਹੁਣੇ ਨੇ ਮੂਹਰੇ ਧਰਤੀ ਰਿਕਾਰਡਿੰਗ, ਗੁੜੀਆ ਨੇ ਜਦੋਂ ਗੱਲ ਸੁਣਨ ਲੱਗੇ ਉਹਦੀ ਜਠਾਣੀ ਆ ਗਈ ਕੋਲ, ਠੀਕ ਹੈ। ਉਹਦੀ ਜਠਾਣੀ ਨੇ ਆਉਣ ਸਾਰ ਰਿਕਾਰਡਿੰਗ ਸੁਣਨ ਸਾਰ ਕੁੜੀ ਦੇ ਤਹਾ 3-4 ਲੱਫੜ ਲਾਏ ਆ ਮੂੰਹ ਤੇ, ਠੀਕ ਹੈ। ਉਹ ਤੋਂ ਬਾਅਦ ਇਹ ਸਾਨੂੰ ਚੁੰਬੜ ਚੁੰਬੜਾਈ ਕਰਨ ਲੱਗੇ, ਕੁੜੀ ਨੂੰ 6 ਮਹੀਨਿਆਂ ਦੇ ਬੱਚਾ ਹੋਣ ਵਾਲਾ ਗੁੜੀਆ ਦੇ, ਠੀਕ ਹੈ। ਉਹ ਤੋਂ ਬਾਅਦ ਜਦੋਂ ਇਹਨਾਂ ਨੇ ਸਾਨੂੰ ਚੁੰਬੜ ਚੁੰਬੜਾਈ ਕਰਨ ਲੱਗੇ, ਅਸੀਂ ਆਪਦਾ ਉੱਥੇ ਖੜੇ ਰਹੇ, ਅਸੀਂ ਕੁੜੀ ਨੂੰ ਖਿੱਚ ਕੇ ਉਹਦੇ ਲੈ ਵੀ ਚਲੋ ਆਪਾਂ ਕੋਈ ਗੱਲ ਨਹੀਂ ਆਪਾਂ ਚੱਲਦੇ ਹਾਂ। ਗੇਟ 'ਚ ਆ ਕੇ ਇਹਨਾਂ ਨੇ ਮੇਨ ਗੇਟ 'ਚ ਜਿੱਥੋਂ ਅਸੀਂ ਨਿਕਲਣ ਲੱਗੇ ਅੰਦਰ, ਇਹਨਾਂ ਨੇ ਉੱਥੇ ਬੈਠ ਪਿਆ ਸੀ, ਬੈਠ ਚੱਕ ਕੇ ਆਪ ਹੀ ਇਹਨਾਂ ਦੇ ਵੱਡੇ ਗੇਟ ਨੇ, ਮੰਨ ਲਓ ਬ੍ਰਦਰ ਨੇ ਉਹਦੇ ਨੇ ਪ੍ਰਾਹੁਣੇ ਦੇ ਨੇ, ਇਹਨਾਂ ਨੇ ਚੱਕ ਕੇ ਬੈਠ ਨਾਲ ਆਪਦੇ ਸੀਸੇ ਤੋੜ ਲਏ, ਸੀਸੇ ਤੋੜ ਕੇ ਆਪ ਹੀ ਸਾਨੂੰ ਨਹੀਂ ਪਤਾ ਜੀ ਕਿਵੇਂ ਮਾਰੀਆਂ ਕਿਵੇਂ ਨਾ, ਸਾਨੂੰ ਇਹ ਚਾਰਾਂ ਨੂੰ ਚੁੰਬੜ ਗਏ, ਸਾਨੂੰ ਖਿੱਚ ਤੂੰ ਕਰੀ, ਅਸੀਂ ਮਸਾਂ ਆਪਦੀ ਜਾਨ ਬਚਾ ਕੇ ਬਾਹਰ 'ਚ ਆਏ, ਠੀਕ ਹੈ। ਉਹ ਕੁੜੀ ਦੇ ਡੈਡੀ ਦੇ ਦੇਖ ਲਓ ਕੱਪੜੇ ਕਿਵੇਂ ਪਾਟੇ ਪਏ, ਮੇਰੇ ਹਸਬੈਂਡ ਦੇ ਦੇਖ ਲਓ ਜੀ, ਠੀਕ ਹੈ। ਕੈਂਸਰ ਦਾ ਉਹ ਮਰੀਜ਼ ਹੈ, ਮੈਂ ਇੱਥੇ ਬੈਠੇ ਜੀ ਚੌਂਕੇ ਅੰਦਰ, ਮੈਂ ਉਹਨਾਂ ਨੂੰ ਨਾਲੇ ਇਹ ਵੀ ਕਿਹਾ ਮਗਾ ਵੀਰੇ ਸਾਨੂੰ ਕੋਈ ਗੱਲ ਦਾ ਨਹੀਂ ਪਤਾ, ਵੀ ਜਿੰਨੀ ਗੱਲ ਸਾਨੂੰ ਦੱਸੀ ਅਸੀਂ ਉਨੀ ਗੱਲ, ਪਰ ਅਸੀਂ ਕਿਸੇ ਨੇ ਕੁੱਟਮਾਰ ਨਹੀਂ ਕਰੀ, ਅਸੀਂ ਆਹੀ ਗੱਲ ਕੀਤੀ ਹੈ ਵੀ ਕੋਈ ਗੱਲ ਨਹੀਂ ਬੇਟਾ ਤੁਸੀਂ ਬੈਠ ਕੇ ਟਿਕਾਈ ਨਾਲ ਗੱਲ ਕਰ ਲਓ, ਠੀਕ ਹੈ। ਆਪਣੀ ਜਿਹੜੀ ਗੱਲ ਹੈ ਸਾਰੇ ਸੀ ਸਰ, ਇਹਨਾਂ ਦੀ ਕੁੜੀ ਦੀ ਸੱਸ, ਕੁੜੀ ਦੀ ਜਠਾਣੀ, ਕੁੜੀ ਦਾ ਜੇਠ ਅਤੇ ਪ੍ਰਾਹੁਣਾ, ਅਤੇ ਵਿੱਚ ਕੁੜੀ ਦੀ ਭੈਣ ਆਈ, ਨਣਾਨ ਆਈ ਵੀ ਆ ਕੁੜੀ ਦੀ,
ਤੇ ਇੱਕ ਹੋਰ ਇਹਨਾਂ ਦੇ ਕੋਈ ਆਇਆ ਸੀ, ਮੈਂ ਨੀ ਜਾਣਦੀ ਮੇਲ ਰਾਮ, ਮੈਂ ਨੀ ਜਾਣਦੀ ਹੋ ਇਹਨਾਂ ਦੇ ਰਿਸ਼ਤੇਦਾਰ ਹੋ ਗਏ, ਠੀਕ ਹੈ ਫੌਜੀ ਆ ਉਹ ਨੇ, ਠੀਕ ਹੈ ਇਹ ਮੁਲਾਜ਼ਮ ਆ ਜੀ ਆਪ ਇਹ ਪੁਲਿਸ ਚ ਆ, ਠੀਕ ਹੈ ਸਾਰੇ ਪੁਲਿਸ ਵਾਲੇ ਡਾਕਟਰ ਸਾਰੇ ਇਹਨਾਂ ਦੇ ਹੈਗਾ ਜੀ, ਆਪ ਹੀ ਇਹਨਾਂ ਨੇ ਫੋਨ ਸਾਡੇ ਫੋਨ ਫੜ ਲਏ ਆ, ਇਹਨਾਂ ਨੇ ਆਪ ਹੀ ਡਾਕਟਰਾਂ ਨੂੰ ਇਹਨਾਂ ਨੂੰ ਫੋਨ ਕਰਤਾ, ਹੋਸਪਿਟਲ ਚ ਵੀ ਫੋਨ ਇਹਨਾਂ ਨੇ ਆਪ ਕਰਤਾ, ਤੇ ਇਹਨਾਂ ਚੌਂਕੀ ਵਾਲਿਆਂ ਨੂੰ ਵੀ ਫੋਨ ਇਹਨਾਂ ਨੇ ਆਪ ਕਰਤਾ, ਸਾਨੂੰ ਕੋਈ ਪਤਾ ਨਹੀਂ, ਸਾਨੂੰ ਕਿਸੇ ਨੂੰ ਇਹਨਾਂ ਨੇ ਗੱਲ ਨਹੀਂ ਕਰਨ ਦਿੱਤੀ, 7 ਤੱਕ ਦੀ ਤੁਸੀਂ ਜਾ ਕੇ ਗਲੀ ਦੇ ਵਿੱਚ ਕੈਮਰੇ ਹੋਣਗੇ, ਤੁਸੀਂ ਕੈਮਰੇ ਚੈੱਕ ਕਰ ਸਕਦੇ, ਠੀਕ ਹੈ ਕੁੜੀ ਦਾ ਬਲੀਡਿੰਗ ਪੈ ਰਹੀ ਹੈ, ਕੁੜੀ ਹੁਣ ਇੱਥੇ ਹੋਸਪਿਟਲ ਚ ਦਾਖਲ ਹੈ, 6 ਮਹੀਨਾ ਕੁੜੀ ਨੂੰ ਬੱਚਾ ਹੋਣ ਵਾਲਾ, ਕੈਮਰੇ ਜਾ ਕੇ ਦੇਖ ਲਓ ਅਸੀਂ ਹੱਥ ਚੱਕਿਆ ਕਿ ਵੀ ਕਿਹਨੇ ਚੱਕਿਆ, ਉਹ ਤੁਸੀਂ ਜਾ ਕੇ ਉਹ ਕਰ ਲਓ, ਜਠਾਣੀ ਨੇ ਪਹਿਲਾਂ ਹਾਂਜੀ ਕੁੜੀ ਦੇ ਲੱਪੜ ਮਾਰਿਆ, ਆਪਾਂ ਜਮਾਂ ਝੂਠ ਨਹੀਂ ਬੋਲਦੇ, ਸੱਚੀ ਗੱਲ ਕਹਾਂਗੇ, ਕੁੜੀ ਦੇ ਪਹਿਲਾਂ ਜਠਾਣੀ ਨੇ ਲੱਪੜ ਮਾਰਿਆ, ਕੁੜੀ ਚਲੇ ਦੋਨੋਂ ਆਪਸ ਨੇ ਜਫੋ ਜਫੀ ਹੋਣ ਲੱਗੇ, ਅਸੀਂ ਹਟਾ ਦਿੱਤੀਆਂ ਉਧਰ ਉਧਰ ਹੀ ਫੜ ਲਿਆ, ਅਸੀਂ ਕੁੜੀ ਨੂੰ ਖਿੱਚ ਕੇ ਇੱਧਰ ਲਿਆਉਣ ਲੱਗੇ, ਜਦੋਂ ਇਹਨਾਂ ਨੇ ਮੇਨ ਗੇਟ ਚਾ ਕੇ ਆਪੇ ਆਪਦੇ ਸੀਸਾ ਵਗੈਰਾ ਆਪ ਹੀ ਤੋੜ ਕੇ ਆਪਦੀ ਸੱਟਾਂ ਮਾਰ ਲਿਆ, ਕੁੜੀ ਛੱਡਣ ਆਏ ਸੀ, ਅਸੀਂ ਬਹਿ ਕੇ ਗੱਲਾਂ ਗੁੱਲਾਂ ਲਾ ਕੇ ਕਰਨਾ, ਇੱਕ ਇਹਨਾਂ ਨੇ ਹੋਰ ਇਹਨਾਂ ਦੀ ਭੈਣ ਆ, ਉਹਨਾਂ ਨੂੰ ਅਸੀਂ ਐਂ ਲਾ ਕੇ ਕਹਿਣ ਵੀ ਅਸੀਂ ਗੱਲਾਂ ਬਾਤਾਂ ਲਾ ਕੇ ਕਰਨਾ, ਬਸ ਫਿਰ ਸਾਡੇ ਤਾਂ ਇਹਨਾਂ ਨੇ ਸੁਣੀ ਨੀ, ਪੁੱਠਾਂ ਨੂੰ ਸਿੱਟੇ ਲਿਆ ਅੰਦਰ ਵਾੜ ਕੇ ਕੁੜੀ ਨੂੰ, 6 ਮਹੀਨਾ ਜੇ ਬੱਚਾ ਹੋਣਾ, ਜੇ 6 ਲੱਗਿਆ ਉਹਨੂੰ ਕੁੜੀ ਨੂੰ, ਬਸ ਕੁੜੀ ਸਿੱਟੇ ਲਈ ਉਹ ਕੁੜੀ ਭੱਜ ਕੇ ਬਾਹਰ ਹੋ ਗਈ, ਬਾਹਰ ਕੱਢ ਲਈ ਤੇ ਸਾਨੂੰ ਸਾਰੇ ਟੱਬਰ ਨੂੰ ਕੁੱਟਿਆ, ਪੁੱਤ ਵੇਚ ਜਾਈ, ਇੱਕ ਤਾਂ ਉਹਦੀ ਸੱਸ ਨੇ ਕੁੱਟਿਆ, ਸਾਰਾ ਟੱਬਰ ਹੀ ਮਰ ਗਿਆ ਜੀ, ਪਰ ਜੇਠ ਜਠਿਆਣੀ ਜਠਿਆਣੀ ਨੇ ਕੁੜੀ ਸਾਹਮਣੇ ਪ੍ਰਾਹੁਣੇ ਨੇ ਖਿੱਚ ਲਈ ਸੋਫੇ ਤੋਂ, ਰੇਲ ਬਣਾਤੀ ਕੁੜੀ, ਸਾਡੀ ਹਿੰਮਤਾਂ ਨੇ ਸਾਨੂੰ ਅੱਡ ਵੱਡ ਫੜ ਲਿਆ, ਹੈ ਨਾ ਪ੍ਰਾਹੁਣੇ ਨੇ ਨੀ ਕੁਛ ਕਿਹਾ, ਪ੍ਰਾਹੁਣੇ ਸਾਨੂੰ ਕੁੱਟਿਆ ਨਾ, ਉਹ ਕੁੜੀ ਗਾੜੀ ਨੂੰ ਕੁਛ ਨੀ ਕਿਹਾ, ਤੇ ਉਹ ਸਾਰੇ ਟੱਬਰ ਨੇ ਖਿੱਚ ਲਈ, ਸੱਸ ਨੇ ਜਠਿਆਣੀ ਨੇ ਤੇ ਕਿਹੜੀ ਵੱਗੇ ਆ, ਪੁਰਾਣਾ ਪੁਲਿਸ ਚ ਪਤਾ, ਕੁੜੀ ਛੱਡਣ ਆਏ ਸੀ, ਅਸੀਂ ਬਹਿ ਕੇ ਗੱਲਾਂ ਗੁੱਲਾਂ ਲਾ ਕੇ ਕਰਨਾ, ਇੱਕ ਇਹਨਾਂ ਨੇ ਹੋਰ ਇਹਨਾਂ ਦੀ ਭੈਣ ਆ, ਉਹਨਾਂ ਨੂੰ ਅਸੀਂ ਐਂ ਲਾ ਕੇ ਕਹਿਣ ਵੀ ਅਸੀਂ ਗੱਲਾਂ ਬਾਤਾਂ ਲਾ ਕੇ ਕਰਨਾ, ਬਸ ਫਿਰ ਸਾਡੇ ਇਹਨਾਂ ਨੇ ਸੁਣੀ ਨੀ, ਪੁੱਠਾਂ ਨੂੰ ਸਿੱਟੇ ਲਿਆ ਅੰਦਰ ਵਾੜ ਕੇ ਕੁੜੀ ਨੂੰ, 6 ਜੇ ਬੱਚਾ ਹੋਣਾ, ਜੇ 6 ਲੱਗਿਆ ਉਹਨੂੰ ਕੁੜੀ ਨੂੰ, ਬਸ ਕੁੜੀ ਸਿੱਟੇ ਲਈ ਉਹ ਕੁੜੀ ਭੱਜ ਕੇ ਬਾਹਰ ਹੋ ਗਈ, ਬਾਹਰ ਕੱਢ ਲਈ ਤੇ ਸਾਨੂੰ ਸਾਰੇ ਟੱਬਰ ਨੂੰ ਕੁੱਟਿਆ, ਪੁੱਤ ਵੇਚ ਜਾਈ, ਇੱਕ ਤਾਂ ਉਹਦੀ ਸੱਸ ਨੇ ਕੁੱਟਿਆ, ਸਾਰਾ ਟੱਬਰ ਹੀ ਮਰ ਗਿਆ ਜੀ, ਪਰ ਜੇਠ ਜਠਿਆਣੀ ਜਠਿਆਣੀ ਨੇ ਕੁੜੀ ਸਾਹਮਣੇ ਪ੍ਰਾਹੁਣੇ ਨੇ ਖਿੱਚ ਲਈ ਸੋਫੇ ਤੋਂ, ਰੇਲ ਬਣਾਤੀ ਕੁੜੀ, ਸਾਡੀ ਹਿੰਮਤਾਂ ਨੇ ਸਾਨੂੰ ਅੱਡ ਵੱਡ ਫੜ ਲਿਆ, ਹੈ ਨਾ ਪ੍ਰਾਹੁਣੇ ਨੇ ਨੀ ਕੁਛ ਕਿਹਾ, ਪ੍ਰਾਹੁਣੇ ਸਾਨੂੰ ਕੁੱਟਿਆ ਨਾ, ਉਹ ਕੁੜੀ ਗਾੜੀ ਨੂੰ ਕੁਛ ਨੀ ਕਿਹਾ ਤੇ ਉਹ ਸਾਰੇ ਟੱਬਰ ਨੇ ਖਿੱਚ ਲਈ, ਸੱਸ ਨੇ ਜਠਿਆਣੀ ਨੇ ਤੇ ਕਿਹੜੀ ਵੱਗੇ ਆ, ਪੁਰਾਣੇ ਪੁਲਿਸ ਚ ਪਤਾ, ਇੱਥੇ ਗੁਰੂ ਕੀ ਨਗਰੀ ਚੋਂ ਪੁਲਿਸ ਚੌਂਕੀ ਸਿਵਲ ਹਸਪਤਾਲ ਬਠਿੰਡਾ ਦੇ ਮੁਲਾਜ਼ਮ ਇੱਕ ਲੜਕੀ ਨੂੰ ਸਾਡੇ ਕੋਲੇ ਲੈ ਕੇ ਆਏ ਹੈ, ਉਹ ਲੜਕੀ ਦਾ ਕਹਿਣਾ ਹੈ ਕਿ ਉਹਦੇ ਸਹੁਰਾ ਪਰਿਵਾਰ ਵੱਲੋਂ ਉਹਦੀ ਕੁੱਟਮਾਰ ਕੀਤੀ ਗਈ ਹੈ, ਉਸ ਲੜਕੀ ਨੂੰ ਲਿਆਉਣ ਵਾਲਿਆਂ ਦੇ ਵਿੱਚ ਉਸ ਲੜਕੀ ਦਾ ਪਤੀ ਵੀ ਸ਼ਾਮਿਲ ਸੀ, ਜਦੋਂ ਮੈਂ ਉਹਦੇ ਪਤੀ ਨੂੰ ਦੇਖਿਆ ਤਾਂ ਉਹਦੇ ਪਤੀ ਨੂੰ ਵੀ ਦੇ ਨਾਲ ਵੀ ਕਾਫੀ ਕੁੱਟਮਾਰ ਹੋਈ ਹੋਈ ਹੈ, ਠੀਕ ਹੈ ਉਹ ਵੀ ਆਪਦੀ ਫਾਇਲ ਬਣਾਉਣ ਗਿਆ ਹੈਗਾ, ਦੋਨੇ ਦਿਨਾਂ ਆਪਸ ਵਿੱਚ ਭਿੜੀਆਂ ਨੇ, ਲੜਕੇ ਦੀ ਵੀ ਸੱਟਾਂ ਵੱਜੀਆਂ, ਕੁੜੀ ਦੇ ਬਾਹਰੀ ਤੌਰ 'ਤੇ ਤਾਂ ਕੋਈ ਸੱਟ ਦਾ ਨਿਸ਼ਾਨ ਨਹੀਂ ਹੈਗਾ ਗਾ, ਪਰੰਤੂ ਉਹਦਾ ਇਹ ਕਹਿਣਾ ਕਿ ਉਹ ਪ੍ਰੈਗਨੈਂਟ ਹੈ 6 ਦੀ ਅਤੇ ਉਹਦੇ ਲੱਤਾਂ ਵਗੈਰਾ ਢਿੱਡ 'ਚ ਮਾਰੀ ਗਈ ਹੈ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।